ਗਾਣਾ ਜਿਹੜਾ ਮਰਜ਼ੀ ਤੂੰ ਸੁਣ ਰਿਹਾ ਹੋਵੇ, ਚੱਲ ਰਿਹਾ ਹੋਵੇ, ਆਫਿਸ ਬੈਠੇ ਵੀ ਦਿਮਾਗ 'ਚ ਇਹੀ ਚੱਲ ਰਿਹਾ, ਓਏ ਹੋਏ ਓਏ ਹੋਏ ਹਾਏ ਹਾਏ ਓਏ ਹੋਏ ਹਾਏ ਹਾਏ। ਸਹੀ ਹੈ ਯਾਰ, ਇਹਨੂੰ ਪਤਾ ਨਹੀਂ ਕਿੰਨਿਆਂ ਨੂੰ ਹਸਾਇਆ ਹੋਊਗਾ ਨਾ, ਜਿਹੜੇ ਵਿਚਾਰੇ ਆਫਿਸ ਤੋਂ ਥੱਕੇ ਹਾਰੇ ਜਾ ਰਹੇ ਹੋਣੇ ਕਰਿਓ, ਉਹ ਸਾਰੇ ਇਹਨੂੰ ਸਮਾਈਕ ਆ ਕੇ ਜਾ ਰਹੇ ਹੋਣੇ। ਹਾਂ ਕੜਛੀ ਮਾਰ ਦਾਂਗਾ ਮੈਂ, ਅੱਟ 'ਚ ਮੁੱਕੀਆਂ ਮਾਰਨੀਆਂ ਨੇ, ਹੁਣ ਕੜਛੀ ਮਾਰ ਦਾਂਗੇ ਨਾਲ ਫੁਲਕੇ ਬਣਾਈਏ। ਮਲਟੀ ਟਾਸਕਰ ਬੰਦਾ ਹੋ ਮੈਂ, ਨਾਲ ਤਾਂ ਸਬਜ਼ੀ ਕੜਛੀ ਮਾਰੂੰਗਾ, ਨਾਲੇ ਫੁਲਕੇ ਬਣਾਊਂਗਾ, ਨਾਲੇ ਚਾਹ ਬਣਾਊਂਗਾ। ਵਾਹ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਨਵੇਂ ਦਿਨ ਅਤੇ ਨਵੇਂ ਬਲੌਗ ਦੇ ਵਿੱਚ। ਮੈਂ ਸੁਰਿੰਦਰ ਸਿੰਘ ਅਤੇ ਰਮਨਪ੍ਰੀਤ ਕੌਰ, ਤੁਹਾਨੂੰ ਦੁਹਾਨਾ ਕਿੱਥੇ ਆ ਉਹ, ਅਤੇ ਸਾਰੇ ਕਿਵੇਂ ਹੋ, ਠੀਕ ਠਾਕ? ਅਤੇ ਅੱਜ ਡੇਟ ਹੈਗੀ ਆ 14-15, ਕਿੰਨੀ ਆ ਪਤਾ ਨਹੀਂ, ਨਾਈਟ ਡਿਊਟੀ 'ਚ ਪਤਾ ਨਹੀਂ ਚੱਲਦਾ ਕਿੰਨੀ ਡੇਟ ਰਹਿ ਕਿੰਨੀ ਨਹੀਂ ਆ। ਬਸ ਇਹ ਧਿਆਨ ਰਹਿੰਦਾ ਵੀ ਸ਼ਨੀਵਾਰ ਐਤਵਾਰ ਕਦੋਂ ਆ ਰਿਹਾ, ਅੱਜ ਪਤਾ ਨਹੀਂ ਬੁੱਧਵਾਰ ਹੈ ਕਿ ਮੰਗਲਵਾਰ ਹੈ ਕਿ ਵੀਰਵਾਰ ਹੈ, ਇਹ ਨਹੀਂ ਪਤਾ ਲੱਗਦਾ। ਉਹ ਕਿੰਨਾ ਖਲਾਰਾ ਪਾਉਂਦਾ ਜਾਂਦਾ ਆ, ਧੂੜ ਮਿੱਟੀ ਕਿੰਨੀ, ਜਿੰਨਾ ਮਰਜ਼ੀ ਪੋਚਾ ਝਾੜੂ ਲਾ ਲਓ, ਇੱਥੇ 2 ਘੰਟੇ ਬਾਅਦ ਫਿਰ ਘੱਟਾ ਮਿੱਟੀ ਹੋ ਜਾਂਦੀ ਹੈ। ਕੱਕ ਪੁੱਤ ਕੀ ਕਰਦਾ ਸੀ, ਹੈ ਡੀਕਦਾ ਸੀਗਾ, ਉਡੀਕਦਾ ਸੀਗਾ ਮੈਨੂੰ, ਕਿਹਨੂੰ, ਤੈਨੂੰ ਤਾਂ ਉਡੀਕਦਾ ਹੀ ਰਹਿੰਦਾ ਹੈ, ਜਦੋਂ ਮੈਂ ਆਉਂਦਾ ਹੁੰਦਾ ਕੰਮ ਤੋਂ ਆਪਾਂ ਦੋਵੇਂ ਆਉਂਦੇ ਹੁੰਦੇ, ਤੈਨੂੰ ਇਕੱਲੀ ਨੂੰ ਮਿਲ ਲੈਂਦੀ ਹੈ, ਮੈਨੂੰ ਮਿਲਦੀ ਨਹੀਂ। ਕਿੱਦਾਂ, ਤੇਰਾ ਨਾਮ ਹੈ ਲੈ ਤਾ ਪਰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਅਜੇ। ਸਬਜ਼ੀ ਦੇ ਵਿੱਚ ਤੁਹਾਨੂੰ ਦੱਸ ਦਈਏ ਕੀ ਬਣ ਰਿਹਾ, ਸ਼ਿਮਲਾ ਮਿਰਚ ਤੜਕਾ, ਤੜਕਾ ਭੁੰਨਦਾ ਲੱਗਦਾ, ਦੁੱਧ ਨੂੰ ਦੇ ਤਾ ਰੇਜਾ, ਹਾਂ ਦੁੱਧ ਵੀ ਹੈ ਜ਼ਿਆਦਾ ਹੀ ਹੈ, 2 ਕਿਲੋ ਤੋਂ ਜੇ ਖਰਾਬ ਹੋ ਗਿਆ ਤਾਂ ਨੁਕਸਾਨ ਬੜਾ ਹੋ ਜਾਣਾ, ਦੁੱਖ ਬੜਾ ਲੱਗਣਾ ਹੈ ਨਹੀਂ। ਅਤੇ ਫੁਲਕੇ ਹੁਣ ਮੇਰਾ ਕੀ ਕੰਮ ਹੈ, ਮੈਂ ਲੱਗਦਾ ਮੇਰੇ ਭਾਂਡੇ 'ਚ ਮਾਂਜਦੇ ਆ ਤੂੰ, ਹੈਂ ਪਹੁੰਚਦੇ ਸੀਗੇ, ਸਬਾਸ ਸਬਾਸੀ ਮਿਲੇਗਾ, ਆਟਾ ਗੁੰਨੀ ਹੁਣ। ਚੱਲ ਕੋਕੋ ਤੂੰ ਕੀ ਕਰਨਾ ਆ, ਤੰਗ ਹੀ ਕਰਨਾ ਇਹਨੇ ਤਾਂ, ਹੋਰ ਕੱਖ ਨਹੀਂ ਕਰਨਾ, ਨਹੀਂ ਕਰਦੀ ਤੰਗ ਭੋਰਾ ਵੀ, ਆ ਜਾ ਬਾਹਰ ਘੁੰਮਾ ਕੇ ਲਿਆਵਾਂ ਥੋੜ੍ਹਾ ਜਿਹਾ, ਸਭ ਤੋਂ ਪਹਿਲਾਂ ਤੂੰ ਹੀ ਨਿਕਲਦੀ। ਚੱਲ ਪੁੱਤ, ਆ ਵਾਈਪਰ ਇੱਥੇ ਕੀ ਕਰਦਾ, ਅੱਛਾ ਅੱਛਾ ਅੱਛਾ, ਚੱਲ ਘੁੰਮ ਥੋੜ੍ਹਾ ਜਿਹਾ। ਲਓ ਜੀ, ਇੰਨੇ ਤਾਂ 2 ਮਿੰਟ ਦਾ ਹੀ ਕੰਮ ਸੀਗਾ, ਧੁੱਪ ਤਾਂ ਇੰਨੇ ਤੋਂ ਬਰਦਾਸ਼ਤ ਹੁੰਦੀ ਨਹੀਂ ਗੀ, ਜੱਤ ਬਹੁਤ ਆ ਨਾ ਤਾਂ ਕਰਕੇ, ਵਾਲਾ ਕਰਕੇ ਨਾ ਤਾਂ ਕਰਕੇ ਛਾਵੇਂ ਬਹਿ ਗਈ ਆ ਕੇ ਆਪਣੇ ਆਪ, ਬਾਹਰ ਨਿਕਲਣ ਦੀ ਵੀ ਕਾਹਲੀ ਅਤੇ ਬਾਹਰੋਂ ਅੰਦਰ ਆਉਣ ਦੀ ਵੀ ਕਾਹਲੀ ਇਹਨੂੰ। ਉੱਥੇ ਸਬਜ਼ੀਆਂ ਆਪਣੀਆਂ ਤਿਆਰ ਹੋ ਰਹੀਆਂ ਨੇ, ਸ਼ਿਮਲਾ ਮਿਰਚ, ਅਤੇ ਬਸ ਕੰਮ ਰਹਿ ਗਿਆ ਹੁਣ ਮੇਰਾ, ਆਟਾ ਗੁੰਨਣਾ ਅਤੇ ਰੋਟੀਆਂ ਬਣਾਉਣੀਆਂ। ਹੁਣ ਤੂੰ ਖਾਣੀ ਰੋਟੀ, ਖਾਣੀ ਨਹੀਂ ਫਿਰ ਕੀ ਖਾਣਾ, ਇੱਦਾਂ ਕਿਵੇਂ, ਕੁਛ ਨਹੀਂ ਕੁਛ ਤਾਂ ਖਾਣਾ ਪੈਣਾ, 2 ਫੁਲਕੇ ਤਾਂ ਖਾਣੀ, ਇੱਦਾਂ ਥੋੜ੍ਹਾ ਹੁੰਦਾ ਹੁੰਦਾ ਯਾਰ, ਦੱਸ ਹੁਣ ਮੈਂ ਵੀ ਤਾਂ ਖਾਊਂਗਾ ਹੀ ਰੋਟੀ, ਭਾਵੇਂ ਭੁੱਖ ਲੱਗੀ ਆ ਵੈਸੇ ਤਾਂ ਮੈਨੂੰ, 2 ਰੋਟੀਆਂ ਖਾ ਲਈ ਠੀਕ ਹੈ ਸਬਜ਼ੀ ਨਾਲ, ਫਿਰ ਉੱਥੇ ਜਾ ਕੇ ਛੇਤੀ ਭੁੱਖ ਲੱਗ ਜਾਂਦੀ, ਫਿਰ ਆਪਾਂ ਖਾਂਦੇ ਹਾਂ ਲੇਟ ਰੋਟੀ, 10-11 ਵੱਜ ਜਾਂਦੇ, ਤੂੰ ਤਾਂ ਤੇਰਾ ਕੰਮ ਫਸ ਗਿਆ ਸੀ ਨਾ, ਉੱਥੇ ਕੰਮ ਤੈਨੂੰ ਜ਼ਿਆਦਾ ਸੀਗਾ ਕੱਲ੍ਹ, ਤਾਂ 11 ਵਜੇ ਖਾਧੀ ਸੀਗੀ, ਨਹੀਂ ਤਾਂ ਛੇਤੀ ਖਾ ਲੈਂਦੇ ਹੁੰਦੇ ਹਾਂ। ਮੈਨੂੰ ਤਾਂ ਕੱਲ੍ਹ 6:30 ਆਪਾਂ ਉੱਥੇ ਪਹੁੰਚੇ, 7:15-7 ਵਜੇ ਤੱਕ ਮੈਨੂੰ ਐਂ ਹੋ ਗਿਆ ਵੀ ਬਸ ਕੁਛ ਦੇ ਦਿਓ ਖਾਣ ਨੂੰ, ਫਿਰ ਮੈਂ ਉਡੀਕੀ ਗਿਆ ਵੀ ਤੇਰਾ 6:30 ਨੂੰ ਮੈਸੇਜ ਆਉਂਦਾ ਵੀ ਚੱਲ ਹੁਣ ਜਾਂਦੇ ਹੁਣ ਜਾਂਦੇ, ਆਇਆ ਨਹੀਂ 11 ਵਜੇ, ਮੈਂ ਕਿਹਾ ਆਪ ਤਾਂ ਭੁੱਖੀ ਮਰੂ ਨਾਲ ਮੈਨੂੰ ਮਰੂਗੀ, ਇਹ ਚੱਕਰ ਪੈ ਗਿਆ ਸੀਗਾ ਕੱਲ੍ਹ, ਇਸ ਕਰਕੇ ਥੋੜ੍ਹੀ ਜਿਹੀ ਰੋਟੀ ਖਾਇਆ, ਹੁਣ ਉੱਥੇ ਜਾ ਕੇ ਫਿਰ ਆਪਣੇ ਕੋਲ ਟਾਈਮ ਹੋ ਜਾਂਦਾ ਵੀ ਆਰਾਮ ਨਾਲ ਖਾ ਸਕਦੇ ਹਾਂ, ਕੀ ਕਹਿੰਦਾ।
ਸੋ ਠੀਕ ਹੈ ਜੀ, ਬਾਕੀ ਮੈਂ ਆਪਣਾ ਕੰਮ ਕਰ ਦਿੰਦਾ, ਦਿਖਾਉਣਾ ਮੈਂ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਵੀ ਮੈਂ ਇੱਦਾਂ ਗੁੰਦਾ ਨਹੀਂ, ਵੈਸੇ ਪਤਾ ਹੀ ਹੈ ਸਾਰਿਆਂ ਨੂੰ ਮੈਂ ਕਰਦਾ ਕੰਮ ਇੰਨਾ ਨਹੀਂ ਕਰਦਾ, ਪਰ ਜਿੰਨਾ ਵੀ ਕਰਦਾ ਕਰਦਾ ਸ਼ਰੀਫ ਤਾਂ ਹੈਗਾ ਨਾ ਨਹੀਂ ਇਹਦਾ, ਨਹੀਂ ਸ਼ਿਕਾਇਤ ਵਾਲੀ ਗੱਲ ਨਹੀਂ। ਹੁਣ ਜੇ ਮੈਂ ਨਾ ਕਰਾਂ, ਮੰਨ ਲਓ ਮੈਂ ਰੋਟੀ ਦੋ ਫੁਲਕੇ ਬਣਾਉਣੇ ਨੇ, ਚੱਲ ਬਣਾ ਸਕਦਾ ਬੰਦਾ, ਪਹਿਲਾਂ ਸ਼ੁਰੂ ਸ਼ੁਰੂ 'ਚ ਔਖਾ ਲੱਗਦਾ, ਬਾਅਦ 'ਚੋਂ ਆਦਤ ਪੈ ਬਣ ਜਾਂਦੀ ਹੈ ਵੀ ਜਦੋਂ ਬਣਾਈ ਜਾਓ ਨਾ, ਜਿਵੇਂ ਹੁਣ ਕੁੜੀਆਂ ਕੰਮ ਕਰਦੀਆਂ ਕਿੰਨਾ, ਕਰਦੀਆਂ ਮੰਮੀਆਂ ਕੰਮ ਕਰਦੀਆਂ ਨੇ ਕਿੰਨਾ, ਬਹੁਤ ਜ਼ਿਆਦਾ ਕੰਮ ਹੁੰਦਾ ਉਹ, ਪਰ ਇੱਕ ਤਰ੍ਹਾਂ ਨਾਲ ਸਰੀਰ ਨੂੰ ਆਦਤ ਪੈ ਜਾਂਦੀ ਵੀ ਕਰ ਸਕਦੇ। ਉੱਦਾਂ ਹੀ ਸ਼ੁਰੂ ਦੇ ਵਿੱਚ ਤਾਂ ਰੋਟੀ ਬਣਾਉਣੀ ਔਖੀ ਲੱਗੀ, ਉਸ ਤੋਂ ਬਾਅਦ ਥੋੜ੍ਹਾ ਠੀਕ ਲੱਗਣ ਲੱਗ ਗਿਆ ਕੰਮ। ਇਹਦੇ ਨਾਲ ਦੂਜਾ ਫਾਇਦਾ ਇਹ ਹੋਇਆ ਕਿ ਹੁਣ ਇਹ ਸਬਜ਼ੀ ਬਣਾ ਰਹੀ ਹੈ, ਮੈਂ ਆਟਾ ਗੁੰਨ ਕੇ ਫੁਲਕੇ ਲਾ ਦੂੰਗਾ, ਇਸ ਤੋਂ ਬਾਅਦ ਇਹ ਤਿਆਰ ਹੋ ਜੂਗੀ, ਕੰਮ ਵੰਡਿਆ ਗਿਆ ਅਤੇ ਨਾ ਇਹਨੂੰ ਔਖਾ ਲੱਗਿਆ ਅਤੇ ਨਾ ਮੈਨੂੰ ਔਖਾ ਲੱਗਿਆ। ਅਤੇ ਹਾਲਾਂਕਿ ਕੁਕਿੰਗ ਦਾ ਇਹਨੂੰ ਜ਼ਿਆਦਾ ਸ਼ੌਂਕ ਹੈ, ਸੈਚਰਡੇ ਸੰਡੇ ਹੀ ਜ਼ਿਆਦਾ ਕਰਦੀ ਹੈ, ਮੈਂ ਨਹੀਂ ਕਰਦਾ, ਪਰ ਜਦੋਂ ਕੰਮ 'ਤੇ ਜਾ ਰਿਹਾ ਦੋਵੇਂ ਜਾਣੇ ਫਿਰ ਆਪਾਂ ਮਿਲ ਜੁਲ ਕੇ ਇੱਦਾਂ ਕਰ ਲਈਦਾ ਕੰਮ। ਕੈਮਰਾ ਵੀ ਚੱਲ ਰਿਹਾ ਕਿ ਨਹੀਂ? ਹਾਂ ਚੱਲ ਰਿਹਾ, ਕਿਤੇ ਵਾਈਸ ਬੋਲੀ ਜਾਵਾਂ ਅਤੇ ਕੈਮਰਾ ਬੰਦ ਹੋ ਗਿਆ। ਦੁੱਧ ਵੀ ਦੁੱਧ ਦੇਖ ਕੇ ਦੁੱਧ ਪੀਣ ਦਾ ਜੀ ਕਰਾਇਆ ਮੇਰਾ, ਸਵੇਰੇ ਪੀ ਤਾਂ ਲੈਂਦੇ ਹੁੰਦੇ ਆ ਕੇ। ਚਲੋ ਠੀਕ ਹੈ ਜੀ, ਫਿਰ ਮੈਂ ਆਉਂਦਾ, ਚੱਲ ਗੁੰਨਦੇ ਆ ਆਟਾ। ਕੋਕੋ ਕਿੱਧਰ ਗਈ ਆ, ਅੰਦਰ ਕੋਕੋ ਕਿੱਧਰ ਭੱਜ ਗਈ ਹੈ? ਪਾਣੀ ਪਾ ਦਈਏ ਆਪਾਂ ਚਿੜੀਆਂ ਨੂੰ, ਕਾਵਾਂ ਨੂੰ, ਕੋਇਲਾਂ ਨੂੰ। ਜਿੰਨਾ ਆਨੰਦ ਇਹ ਲੈ ਰਹੀ ਹੈ ਨਾ ਵਾਤਾਵਰਨ ਦਾ, ਹੋਰ ਨਹੀਂ ਕੋਈ ਲੈ ਰਿਹਾ। ਇੱਥੇ ਨੂੰ ਬਹਿਣਾ ਬੜਾ ਪਸੰਦ ਹੈ ਨਾ, ਮੈਨੂੰ ਲੱਗਦਾ ਰਾਤ ਨੂੰ ਇੱਦਾਂ ਪੈਂਦੀ ਬੰਦੀ ਹੋ ਗਈ ਮਾੜੇ ਮੋਟਾ, ਬੜਾ ਪਸੰਦ ਇਹਨੂੰ ਇੱਦਾਂ ਪੈਣਾ, ਹਵਾ ਲੱਗਦੀ ਮੂੰਹ 'ਤੇ, ਹੈਂ ਬਹੁਤ ਦੇ ਕਿਵੇਂ ਬੈਠਣ ਦਾ, ਇਹਦਾ ਦੋਵੇਂ ਲੱਤਾਂ ਖੱਬੇ ਪਾਸੇ ਹੋ ਦੇ। ਨਾਲ ਹੀ ਤੇਰੇ ਮਗਰ ਤੁਰ ਪੈਣਾ, ਜਾ ਕੇ ਦਿਖਾਈ, ਜਾ ਕੇ ਦਿਖਾ, ਉਹਦੇ ਉੱਠ ਗਈ ਨਾ ਕੋਕ, ਨਾ ਜਾਈ ਜਾਈ ਨਾ ਜਾਈ ਨਾ ਨਾ ਜਾਈ, ਇੱਦਾਂ ਚੀਜੀ ਆਲਾ ਚੀਜੀ ਆਲਾ ਗਈ, ਆ ਜਾ ਨਾ ਨਾ ਹੁਣ ਨਾ ਹੁਣ ਨਾ ਆਈ ਨਾ, ਸਭ ਤੇਰੇ ਤੋਂ ਪਹਿਲਾਂ ਆ, ਮੈਂ ਕਿਤੇ ਪਿੱਛੇ ਰਹਿ ਗਈ ਆ। ਸੋ ਸਬਜ਼ੀ ਬਾਰੇ ਦੱਸ ਰਿਹਾ ਸੀਗਾ ਕਿੰਨੇ ਵਧੀਆ ਰੰਗ ਨੇ, ਹਰੀ ਸਬਜ਼ੀ ਦਾ ਤਾਂ ਨਜ਼ਾਰਾ ਹੀ ਸਾਡਾ, ਪੀਲਾ ਰੰਗ, ਹਰਾ ਰੰਗ, ਟਮਾਟਰ ਦਾ ਲਾਲ ਰੰਗ। ਹਾਂ ਕੜਛੀ ਮਾਰ ਦਾਂਗਾ ਮੈਂ, ਅੱਟ 'ਚ ਮੁੱਕੀਆਂ ਮਾਰਨੀਆਂ ਨੇ, ਹੁਣ ਕੜਛੀ ਮਾਰ ਦਾਂਗੇ, ਨਾਲ ਫੁਲਕੇ ਬਣਾਈਏ ਜਿਹੜੇ, ਨਾਲ ਲੈ ਕੇ ਜਾਣ ਵਾਸਤੇ ਵੀ ਅਤੇ ਹੁਣ ਖਾਣ ਵਾਸਤੇ ਵੀ। ਚਾਹ ਪੀਣੀ ਹੈ ਤੂੰ? ਚਾਹ ਪੀਣੀ? ਨਾ ਚਾਹ ਬਣਾਉਂਦਾ, ਮਲਟੀ ਟਾਸਕਰ ਬੰਦਾ ਹੋ ਮੈਂ, ਨਾਲ ਤਾਂ ਸਬਜ਼ੀ ਕੜਛੀ ਮਾਰੂੰਗਾ, ਨਾਲੇ ਫੁਲਕੇ ਬਣਾਊਂਗਾ, ਨਾਲੇ ਚਾਹ ਬਣਾਊਂਗਾ। ਵਾਹ, ਸ਼ਿਮਲਾ ਮਿਰਚ ਤਾਜ਼ੀ ਆ, ਉਹ ਆਪਾਂ ਨਾਲ ਲੈ ਜਾਂਗੇ, ਲੋਕ ਕਹਿੰਦੇ ਜੋ ਮਰਜ਼ੀ ਖਾਓ ਅਸੀਂ ਕੀ ਕਰਦਾ ਨਹੀਂ। ਤੁਸੀਂ ਮੇਰੇ ਤੋਂ ਸਾਡੇ ਤੋਂ ਪੁੱਛ ਪੁੱਛ ਕੇ ਸਬਜ਼ੀਆਂ ਬਣਾਉਂਦੇ ਹੋ, ਨਾ ਨਾ ਦਿਖਾ ਮੈਂ ਪੂਰਾ ਜਮਾਨਾ ਨਹੀਂ ਕਰਦਾ। ਕੋਈ ਨਹੀਂ, ਸਿਰ ਤਾਂ ਟਕਿਆ ਹੀ ਆ, ਕਹਿੰਦੇ ਹੋਣਗੇ ਵੀ ਸ਼ਿਮਲਾ ਮਿਰਚ ਬਣਾਈ ਜਾਂਦੇ ਸੀਗੇ ਇਹ, ਖਾਈ ਖੁਸ਼ ਹੋ ਜਾਂਦੇ ਆ, ਸ਼ਿਮਲਾ ਮਿਰਚ ਤਾਜ਼ੀ ਬਣੀ ਆ ਉਹ ਨਾਲ ਲੈ ਕੇ ਜਾਣ ਵਾਸਤੇ ਆ, ਅਤੇ ਕੱਲ੍ਹ ਨੂੰ ਕੰਮ ਆ ਜਾਊਗੀ, ਅਤੇ ਜਿਹੜੀ ਪੁਰਾਣੀ ਕੜੀ ਬਣੀ ਹੈ ਇਹ ਆਪਾਂ ਹੁਣ ਮੰਗਾ ਦਾਂਗੇ, ਨੇ ਪਈ ਰਹੇਗੀ ਤਾਂ ਖਾ ਲੈਂਦੇ। ਚਲੋ ਜੀ, ਮਿਲਦੇ ਤੁਹਾਨੂੰ ਥੋੜ੍ਹੀ ਦੇਰ ਦੇ ਵਿੱਚ। ਤੂੰ ਹੀ ਖਾਣੀ ਕੜੀ, ਤੂੰ ਸ਼ਿਮਲਾ ਮਿਰਚ ਲੈ ਆਉਂਦੀ ਥੋੜ੍ਹੀ ਜਿਹੀ, ਖਾਣਾ ਹੀ ਨਹੀਂ ਆ ਕੁਛ, ਮੈਂ ਰੋਟੀ ਖਾਣੀ। ਲਓ ਜੀ, ਆਪਾਂ ਵੀ ਹੋ ਗਿਆ ਤਿਆਰ, ਰੋਟੀ ਆਪਾਂ ਖਾ ਲਈ, ਹੈਂ।
ਮੋਰ ਆ ਨਾ, ਵਾਹ ਆ ਨਿੰਬੂ ਉੱਗੇ ਚ ਇੱਕ, ਫਿਰ ਕੀ ਹੋਊਗਾ ਪਤਾ ਨਹੀਂ, ਪਰ ਲਾਉਣਾ ਨਹੀਂ ਚਾਹੀਦਾ ਇੰਨਾ। ਫੁੱਲ ਵੀ ਉੱਗੇ ਹੋਏ, ਵੱਡੇ ਵਾਲੇ ਨੇ ਇਹ ਵਾਲੇ, ਇਹ ਛੋਟੇ ਵਾਲੇ ਆ, ਆ ਵੀ ਵੱਡੇ ਵਾਲੇ, ਇਹ ਵੀ ਨਿੰਬੂ ਨੇ, ਨਹੀਂ ਪਾ ਦੇ ਪਾਣੀ। ਗੱਡੀ ਆ ਗਈ ਆਪਣੀ, ਚਲੋ ਚੱਲੀਏ। ਸਾਰੀ ਰੋਟੀ ਕਰਦੀ ਨਾ ਪੈਕ, ਚੱਲ 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 ਛੇਤੀ। ਕੀ ਲੈਣਾ ਆਵੇ, ਇੱਧਰ ਮੂਹਰੇ ਇੱਧਰ ਆ ਕੇ ਲਾਉਣਾ ਪੈਣਾ ਨਾ। ਚੰਗਾ ਕੋਕੋ ਫਿਰ, ਬਾਏ 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 ਬਾਏ। ਇੱਦਾਂ ਦਾ ਹੀ ਲੈ ਕੇ ਦੇਣਾ ਤੁਹਾਨੂੰ ਵੀ, ਹੁਣ ਮੈਂ ਲਊਂਗੀ ਜਦੋਂ ਵੈਂਜਰ ਆਊਗਾ। ਸਹੀ ਹੈ ਯਾਰ, ਇਹਨੂੰ ਪਤਾ ਨਹੀਂ ਕਿੰਨਿਆਂ ਨੂੰ ਹਸਾਇਆ ਹੋਊਗਾ ਨਾ, ਜਿਹੜੇ ਬੇਚਾਰੇ ਆਫਿਸ ਤੋਂ ਥੱਕੇ ਹਾਰੇ ਜਾ ਰਹੇ ਹੋਣੇ ਆ ਕਰਿਓ, ਉਹ ਸਾਰੇ ਇਹਨੂੰ ਸਫਾਈ ਕਰਕੇ ਜਾ ਰਹੇ ਹੋਣੇ ਆ। ਵੈਰੀ ਗੁੱਡ। ਕਿਹੜਾ ਗਾਣਾ ਜਿਹੜਾ ਮਰਜ਼ੀ ਸੁਣ ਰਿਹਾ ਹੋਵੇ, ਚੱਲ ਰਿਹਾ ਹੋਵੇ, ਆਫਿਸ ਬੈਠੇ ਵੀ ਦਿਮਾਗ 'ਚ ਇਹੀ ਚੱਲ ਰਿਹਾ, ਓਏ ਹੋਏ ਆਏ। ਪਤਾ ਕਿੰਨਾ ਫੇਮਸ ਹੋ ਗਿਆ ਉਹ ਤੁਹਾਡਾ ਉਸਤਾਦ। ਮੈਂ ਵੀ ਨੈਚੁਰਲੀ ਉੱਦਾਂ ਹੀ ਆਟਾ ਗੁੰਨ ਰਿਹਾ ਸੀਗਾ, ਅਤੇ ਮੇਰੇ ਮੈਂ ਗਾਣਾ ਕੋਈ ਹੋਰ ਗਾਉਣ ਲੱਗਾ ਸੀ, ਫਿਰ ਬਾਅਦ 'ਚ ਇਹ ਆ ਗਿਆ ਮੇਰੇ ਦਿਮਾਗ 'ਚ, ਓਏ ਹੋਏ ਹਾਏ ਹਾਏ, ਓਏ ਹੋਏ ਆਏ ਹਾਏ। ਚਲੋ ਜੀ ਫਿਰ ਆਪਾਂ ਲਾਉਂਦੇ ਹਾਂ ਦਿਹਾੜੀ, ਦਿਹਾੜੀ ਲਾ ਕੇ ਫਿਰ ਹੋਈਏ ਵਿਹਲੇ। ਪਿੱਠ ਕਿਵੇਂ, ਪਿੱਠ ਕਿਵੇਂ? ਵਧੀਆ। ਚਲੋ ਫਿਰ ਖਾਓ ਰੋਟੀ। ਕਿਸਮੇ ਕੱਟ ਨੂੰ ਕਿਤਨਾ ਹੁਆ 30? ਚੋਰੀ ਸਾਨੂੰ ਅੱਜ ਹੀ ਪਤਾ ਲੱਗਾ ਵੀ ਬਾਹਰ ਇੱਥੇ ਆਈਸਕ੍ਰੀਮ ਵਾਲਾ ਵੀ ਹੁੰਦਾ, ਆਪਾਂ ਕਦੇ ਆਏ ਨਹੀਂ ਨਾ ਬਾਹਰ ਇਸ ਲਈ। ਆਪਾਂ ਪਹੁੰਚ ਚੁੱਕੇ ਹਾਂ ਜੀ, ਆਪਣਾ ਵੱਜ ਚੁੱਕੇ ਨੇ 4, ਅਤੇ ਹੁਣ ਆਪਾਂ ਪੀਆਂਗੇ ਚਾਹ ਨੂੰ, ਨਾਲੇ ਖਾਵਾਂਗੇ ਮਾੜਾ ਮੋਟਾ, ਕੁਛ ਬ੍ਰੇਕਫਾਸਟ ਕਰਾਂਗੇ, ਚਾਹੇ ਬ੍ਰੈਡ ਚਾਹੇ ਕੁਛ ਵੀ, ਅਤੇ ਨਾਲੇ ਆਪਾਂ ਕੋਈ ਵਲੌਗ ਕਰਦੇ ਹਾਂ ਖਤਮ। ਮਿਲਦੇ ਤੁਹਾਨੂੰ ਅਗਲੇ ਦਿਨ ਨਵੇਂ ਵਲੌਗ ਨਵੇਂ ਦਿਨ ਦੇ ਵਿੱਚ। ਚੰਗਾ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ। ਆਹ ਲੈਟ ਕਰ, ਲੈਟ ਕਰਦਾ ਬੰਦ, ਸਾਡੀ ਫੀਡ ਤਿਆਰ ਹੋ ਚੁੱਕੀ ਆ। ਆ ਕੋਕੋ ਦੀ ਆ ਤੇ ਆਹ ਫੀਡ ਸਾਡੀ ਆ, ਇੱਕ ਚੀਜ਼ ਰਹਿ ਗਿਆ ਮੁਰੱਬਾ, ਨਹੀਂ ਤਾਂ ਮੰਮੀ ਨੇ ਬੋਲਣਾ ਆ, ਮੈਂ ਤੁਹਾਨੂੰ ਅੱਗੇ ਕੋਈ ਚੀਜ਼ ਭੇਜਣੀ ਨਹੀਂ ਗੀ ਵੀ ਤੁਸੀਂ ਇੱਦਾਂ ਹੀ ਖਰਾਬ ਕਰਕੇ ਸੁੱਟ ਦਿਓ ਚੀਜ਼ਾਂ, ਇਸ ਲਈ ਮੈਂ ਹੁਣ ਭੇਜਣਾ ਹੀ ਨਹੀਂ। ਮੰਮੀ ਨੇ ਘਿਓ ਭੇਜਿਆ ਹੋਇਆ ਪਟਿਆਲੇ ਵਾਲੀ ਨੇ, ਦੋਵਾਂ ਪਾਸੇ ਕੁਛ ਨਾ ਕੁਛ ਆਉਂਦਾ ਹੀ ਰਹਿੰਦਾ ਸਾਨੂੰ। ਮੈਨੂੰ ਅੱਜ ਤੱਕ ਕੈਮਰਾ ਹੀ ਨਾ ਫੜਨਾ ਆਇਆ, ਮੇਰਾ ਕੈਮਰਾ ਕਿਤੇ ਹੁੰਦਾ ਆ, ਹੁਣ ਵੀ ਕਿਤੇ ਹੀ ਆ ਕੈਮਰਾ। ਖਾ ਸਾਡਾ ਨਾ ਆਪਾਂ ਅਲਮਾਰੀ ਦੇ, ਉਹ ਦੇਖੋ ਕਿੱਥੇ ਲਾਇਆ ਆਪਾਂ, ਕੀ ਡੋਲਤਾ, ਕੀ ਡੋਲਿਆ।